ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਾੜਾ ਬੋਲਣ ਵਾਲੇ ਨੂੰ ਅੱਜ ਮਾਤਾ ਚਰਨ ਕੌਰ ਨੇ ਹਵੇਲੀ ਤੋਂ ਸਖ਼ਤ ਜਵਾਬ ਦਿੱਤਾ ਅਤੇ ਨਾਲ ਹੀ ਜਲੰਧਰ ਜਿੱਤ 'ਤੇ ਵੀ ਬੋਲੇ। ਇਸ ਦੇ ਨਾਲ ਹੀ ਮਾਤਾ ਚਰਨ ਕੌਰ ਨੇ ਇੰਦੀ ਜਸਵਾਲ 'ਤੇ ਵੀ ਆਪਣਾ ਗੁੱਸਾ ਜ਼ਾਹਿਰ ਕੀਤਾ, ਜਿਸ ਦੀ ਪੂਰੀ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹੋ। सारी कोशिश कर रहे हैं, अभी माता रोटी तो नहीं पा रहे हैं, यह पूरा जाना वो भी जब माते मतलब लाइए तो ऐसे नुकसान कर रहे हैं सारे भगवान के हैं। धन्यवाद, दिलों का धन्यवाद, सारी धन्यवाद की उन्होंने जाना है। मैं तो दो गल नहीं करूंगी, एक तो बाहर बैठा है ठंडी जसवाल ਉਹ ਹਰੇਕ ਗੱਲ ਤੇ ਕੁੱਤੇ ਪਤਾ ਨਹੀਂ ਮਾਰਦਾ, ਪਤਾ ਨਹੀਂ ਉੱਥੇ ਉੱਥੇ ਕੰਮ ਹੈਗਾ ਕਿ ਨਾਮ ਹੈਗਾ, ਉਹਨੇ ਕਿਹਾ ਜੀ ਮੰਡ ਕੋਲੇ ਨੇ। ਅਸੀਂ ਅੱਡੇ ਬੇਗੈਰਤ ਲੋਕ ਨਹੀਂ ਹੈਗੇ ਵੀ ਜੇ ਸਾਡੇ ਦਰ 'ਤੇ ਕੋਈ ਦੁਸ਼ਮਣ ਵੀ ਚੱਲ ਕੇ ਆਵੇ ਨਾ, ਅਸੀਂ ਉਹਨੂੰ ਗੇਟ ਨਾ ਖੋਲੀਏ ਅਤੇ ਜਦ ਉਹਨੂੰ ਅੰਦਰ ਬਿਠਾ ਕੇ ਚਾਹ ਪਾਣੀ ਨਾ ਪੁੱਛੀ। ਸਾਡੇ ਗੇਟ 'ਤੇ ਸਾਡੇ ਦਰ 'ਤੇ ਜਿਹੜਾ ਵੀ ਕੋਈ ਆਉਂਦਾ 12 ਮਹੀਨੇ ਹੋ ਗਏ, ਅਸੀਂ ਕਦੇ ਕਿਸੇ ਨੂੰ ਆਏ ਨਹੀਂ ਕਿਹਾ ਵੀ ਇਹ ਸਾਡਾ ਨੇੜੇ ਆ ਜਾਂ ਸਾਡਾ ਦੂਰ ਹੈ। ਉਹ ਅਫਸੋਸ ਕਰ ਰਹੇ ਨੇ, ਅਸੀਂ 11 ਮਹੀਨੇ ਨੂੰ ਕਹਿ ਰਹੇ ਵੀ ਸਾਡੇ ਤਾਂ ਹਰੇਕ ਕਮਿਊਨਿਟੀ ਦਾ ਬੰਦਾ ਸ਼ੁਭਦੀਪ ਦਾ ਅਫਸੋਸ ਕਰਕੇ ਗਿਆ ਅਤੇ ਹਰੇਕ ਨੂੰ ਅਸੀਂ ਵੈਲਕਮ ਕੀਤਾ, ਹਰੇਕ ਦਾ ਧੰਨਵਾਦ ਕਰਦੇ ਹਾਂ ਜਿਹੜਾ ਸਾਡੇ ਦੁੱਖ ਦੇ ਵਿੱਚ ਸ਼ਾਮਿਲ ਹੋਇਆ। ਅਤੇ ਪਹਿਲਾਂ ਵਾਲੇ ਭਾਈ ਨੇ ਤਾਂ ਐਡਾ ਵੱਡਾ ਦਾੜਾ ਰੱਖ ਕੇ ਉਹਨੇ ਤਾਂ ਕੋਈ ਸ਼ਰਮੀ ਨਹੀਂ ਮੰਨੀ, ਉਹਨੇ ਤਾਂ ਜਾਣੀ ਕਿ ਉਹ ਗੱਲਾਂ ਸੁਣੀਆਂ ਜਿਹੜੀਆਂ ਸਾਡੇ ਜਪਮਾਂ ਨੂੰ ਇੰਨਾ ਵਧੇੜਿਆ, ਉਹਨਾਂ ਨੇ ਕੱਲ੍ਹ ਸਾਰਾ ਦਿਨ ਸਾਰੀ ਰਾਤ ਨਹੀਂ ਗਈ ਆਈ। ਉਹ ਕਹਿੰਦਾ ਜੀ ਇਹਦੇ ਕੋਲ ਇੰਨੇ ਪੈਸੇ ਕਮਾ ਕੇ ਦੇ ਗਿਆ, ਉਹ ਤਾਂ ਕਹਿੰਦਾ ਹੁੰਦਾ ਸੀ ਜੀ ਬਾਪੂ ਕਿਸੇ ਨੂੰ ਹੱਥ ਨਾ ਅੱਡੀ ਬੈਠੇ ਖਾਈ ਜਾਇਓ, ਇੰਨਾ ਕੰਮ ਕਰਕੇ ਜਾਊਗਾ। ਸਾਨੂੰ ਕੀ ਪਤਾ ਸੀ ਉਹਦੀਆਂ ਗੱਲਾਂ ਸੱਚੀਆਂ ਨੇ, ਇਹ ਪੈਸੇ ਵੀ ਭੁੱਖ ਹੋ ਕੇ ਤੁਹਾਨੂੰ ਜਿਹੜੇ ਤੁਸੀਂ ਸਿਆਸਤਾਂ ਨੇ ਮਦਦ ਕਰੇ ਫਿਰਦੇ ਹੋ, ਸਾਡੇ ਕੋਲ ਤਾਂ ਬਹੁਤ ਚੋਂ ਦੇ ਕੇ ਗਏ, ਸਾਨੂੰ ਤਾਂ ਘਰੇ ਮੰਤਰੀ ਬਣਾ ਕੇ ਗਿਆ, ਤਾਂ ਬੈਠੇ ਖਾਈ ਜਿਹੜੀ ਸਾਨੂੰ ਪਤਾ ਵੀ ਨਹੀਂ ਹੁੰਦਾ, ਸਾਨੂੰ ਉਹਦੀ ਇੰਨੀ ਜਾਂ ਨਸੀਹਤਾਂ ਦੀ ਲੋੜ ਨਹੀਂ, ਪਰ ਐਡੀ ਵੱਡੀ ਉਮਰ ਦੇ ਵਿੱਚ ਉਹਨੇ ਜੇ ਘਟੀਆ ਸ਼ਬਦ ਬੋਲਣੇ ਕੋਈ ਵਧੀਆ ਨਹੀਂ ਹੈਗਾ, ਵਧੀਆ ਖਾਨਦਾਨੀ ਵਾਲੀ ਗੱਲ ਨਹੀਂ ਮੈਨੂੰ ਲੱਗੀ। ਤੇ ਬਾਕੀ ਗੱਲ ਇਨਸਾਫ ਦੀ, ਅਸੀਂ 11 ਮਹੀਨਿਆਂ ਤੋਂ ਕਹਿ ਰਹੇ ਹਾਂ ਵੀ ਜੇ ਸਾਨੂੰ ਖੂਹ 'ਚ ਛਾਲ ਮਾਰਨੀ ਪਈ ਤਾਂ ਵੀ ਮਾਰਾਂਗੇ ਭਾਈ, ਅਸੀਂ ਆਪਣੇ ਪੁੱਤ ਦਾ ਇਨਸਾਫ ਮੰਗਾਂਗੇ ਜਿੰਨਾ ਚਿਰ ਸਾਡੇ 'ਚ ਸਾਂਝ। ਜਿਹੜੇ ਫੇਸਬੁੱਕਾਂ 'ਤੇ ਸਾਨੂੰ ਕਹਿੰਦੇ ਨੇ ਉਹ ਦੱਸ ਦੇਣਗੇ ਅਸੀਂ ਕਿਸ ਤਰੀਕੇ ਨਾਲ ਮੰਗੀਏ ਇਨਸਾਫ, ਰਸਲਾ ਡਾਂਗਾ ਚੱਕ ਲਈਏ ਕਿ ਉਹ ਸਹੀ ਰਹੂਗਾ। ਜੇ ਅਸੀਂ ਕੋਈ ਸਿੱਧੇ ਤਰੀਕੇ ਨਾਲ ਇਨਸਾਫ ਮੰਗਦੇ ਉਹਨੂੰ ਇਨਸਾਫ ਦੇਵਾਂਗੇ, ਫਿਰ ਹੋਰ ਦੱਸੋ ਸਾਨੂੰ ਰਾਇ ਤਾਂ ਦਿਓ ਕਿ ਭਾਈ ਤੁਸੀਂ ਇਸ ਰਸਤੇ 'ਤੇ ਚੱਲੋ, ਅਸੀਂ ਉਹਦੀ ਗੱਲ ਪਾਵਾਂਗੇ। ਬਸ ਜਿਹੜੀ ਗੱਲ ਰਾਜਨੀਤੀ ਸਾਰਾ ਕੁਛ ਰਾਜਨੀਤੀ ਹੋ ਗਿਆ, ਸਾਡੇ ਲਈ ਤਾਂ ਰਾਜਨੀਤੀ ਕੋਈ ਗੱਲ ਨਹੀਂ, ਕੋਈ ਚੀਜ਼ ਨਹੀਂ ਸਾਡੇ ਲਈ ਤਾਂ ਰਾਜਨੀਤੀ, ਹਰੇਕ ਗੱਲ ਨੂੰ ਰਾਜਨੀਤੀ ਨਾਲ ਜੋੜਨਾ, ਹਰੇਕ ਗੱਲ ਨੂੰ ਰਾਜਨੀਤੀ ਨਾਲ ਜੋੜਨਾ। ਅਸੀਂ ਜਲੰਧਰ ਦੇ ਲੋਕਾਂ ਦਾ ਉਦੋਂ ਵੀ ਧੰਨਵਾਦ ਕਰਦੇ ਸੀ, ਅੱਜ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਪਲਕਾਂ ਵਿਛਾ ਕੇ ਸਾਡਾ ਸਨਮਾਨ ਕੀਤਾ। ਚਲੋ ਹੋਊਗੀ ਹੋਊਗੀ, ਜਿੱਤ ਹਾਰ ਕਿਵੇਂ ਹੁੰਦੀ ਹੈ ਉਹ ਤਾਂ ਸਾਰੇ ਕੁਝ ਵੀ ਜਾਣਦੇ ਹੋ, ਅਸੀਂ ਕਿਹੜਾ ਅਸੀਂ ਵੀ ਨਿਆਣੇ ਨੇ ਤੁਸੀਂ ਵੀ ਨਿਆਣੇ ਨੇ, ਹੋ ਜਾਂਦੀਆਂ ਨੇ ਸਭ ਕੁਛ ਹੋ ਜਾਂਦਾ, ਪਰ ਜਿੰਨਾ ਉਹਨਾਂ ਨੇ ਸਾਡਾ ਜਲੰਧਰ ਵਾਲੇ ਸਾਥ ਦਿੱਤਾ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ। ਬਾਕੀ ਰਾਜੇ ਸਾਡੇ ਇਨਸਾਫ ਦੇ ਲੜਦੇ ਹਾਂ, ਸਾਡਾ ਗੁਰੂ ਸਾਡੇ ਲਈ ਇੰਨਾ ਕੁਛ ਕਰਕੇ ਗਿਆ, ਜਦੋਂ ਤੋਂ ਉਹ ਕਹਿੰਦਾ ਕਿ ਇੰਨਾ ਪੈਸਾ ਕਮਾ ਕੇ ਗਿਆ, ਹੱਥ ਤੇ ਹੱਥ ਕਰਕੇ ਬਹਿ ਜਾਓ ਨਾ ਆਰਾਮ ਕਰੋ ਘਰੇ, ਸਾਡੇ ਤੇ ਲਾਂਘ ਨਹੀਂ ਇਹ ਮਾਂ ਪਿਓ ਦੇ ਜਿਹਦਾ ਸਰਬਤ ਦਿੱਤਾ ਇੰਨਾ ਕੁਛ ਸਾਡੇ ਲਈ ਖੱਟ ਕੇ ਲਿਆ ਹੋਵੇ, ਇੰਨੀ ਨੇਕੀ ਖੱਟ ਕੇ ਲਿਆ ਹੋਵੇ, ਇੰਨੀ ਦੁਨੀਆਂ ਦਾ ਪਿਆਰ ਸਾਡੀ ਝੋਲੀ 'ਚ ਪਾ ਕੇ ਲਿਆ ਹੋਵੇ ਤੇ ਅਸੀਂ ਉਹਦਾ ਇਨਸਾਫ ਵੀ ਨਾ ਮੰਗ ਸਕੀਏ। ਮੇਰਾ ਕਿਸੇ ਦੇ ਪੁੱਤ ਨੂੰ ਕਹਿਣ ਨੂੰ ਦਿਲ ਨਹੀਂ ਕਰਦਾ, ਪਰ ਜਦੋਂ ਆਪਦੇ ਤੇ ਬੀਤਦੀ ਹੈ ਨਾ ਉਦੋਂ ਸਾਰਾ ਕੁਛ ਬੰਦੇ ਨੂੰ ਚੇਤੇ ਆਉਂਦਾ, ਹੋ ਸਕਦਾ ਕਿ ਸਾਨੂੰ ਵੀ ਨਾ ਪਤਾ ਲੱਗਿਆ ਹੋਵੇ, ਪਰ ਵੀਰੋ ਜਿਹੜਾ ਇੱਥੇ ਸੱਚ ਬੋਲੂਗਾ ਉਹਦਾ ਹਮੇਸ਼ਾ ਕਤਲ ਹੁੰਦਾ ਹੋਊਗਾ। ਪਹਿਲਾਂ ਦੀਪ ਸਿੱਧੂ ਸਾਰਾ ਕੁਛ ਛੱਡ ਕੇ ਸਾਡੇ ਲੋਕਾਂ ਵਾਸਤੇ ਖੜਿਆ ਸੀ ਨਾ, ਉਹਦਾ ਵੀ ਕਤਲ ਹੋ ਗਿਆ, ਉਸ ਤੋਂ ਬਾਅਦ ਸ਼ੋਭਦੀਪ ਨੇ ਵੀ ਜੇ ਆਪਣੇ ਹਲਕੇ ਲਈ ਆਪਣੇ ਪੰਜਾਬ ਲਈ ਕੁਛ ਕਰਨਾ ਚਾਹਿਆ ਉਹਦਾ ਵੀ ਕਤਲ ਹੋ ਗਿਆ, ਕੀ ਗੱਲ ਹੋਈ। ਐਸ ਵਾਈ ਐਲ ਲਗਾਉਣਾ ਤਾਂ ਬੈਨ ਇੱਕ ਦਿਨ 'ਚ ਹੋ ਸਕਦਾ, ਤੇ ਸ਼ੁਭਦੀਪ ਦਾ ਇਨਸਾਫ ਕਿਉਂ ਨਹੀਂ ਦੇ ਸਕਦੇ ਇਹ, ਫਿਰ ਅਸੀਂ ਹੋਰ ਕੀ ਕਰੀਏ, ਕਿੱਥੇ ਜਾਈਏ ਦੱਸੋ। ਸਾਡਾ ਤਾਂ ਜਿੰਨਾ ਨੁਕਸਾਨ ਕੀਤਾ ਆਮ ਆਦਮੀ ਪਾਰਟੀ ਨੇ ਕੀਤਾ, ਅਸੀਂ ਤਾਂ ਮਰਦੇ ਦਮ ਤੱਕ ਅਸੀਂ ਇਹਨਾਂ ਨੂੰ ਬੁਰਾ ਹੀ ਕਹਾਂਗੇ, ਸਾਡੇ ਵਾਸਤੇ ਤਾਂ ਬੁਰਾ ਦੌਰ ਹੀ ਆਇਆ ਸੀ, ਆਮ ਆਦਮੀ ਪਾਰਟੀ ਕਾਹਦੀ ਆਈ ਸੀ, ਇੰਨੀਆਂ ਪਾਰਟੀਆਂ ਸਾਡੇ ਘਰ ਇੱਕ ਪੱਟ ਕੇ ਲੈ ਗਈ ਜੀ,
ਸੰਤਾਂ ਨੇ ਕੱਲ੍ਹ ਨੂੰ 100 ਕੰਮ ਚੰਗੇ ਵੀ ਕਰਦੇ ਨੇ, ਸਾਡਾ ਤਾਂ ਕੁਛ ਮੁੜ ਕੇ ਨਹੀਂ ਆਉਣਾ, ਸਾਨੂੰ ਤਾਂ ਫਿਰ ਵੀ ਚੰਗੇ ਨਹੀਂ। ਬਾਕੀ ਜੋ ਕੁਛ ਇਹਨਾਂ ਦੇ 90-99 MLA ਬੋਲੀ ਜਾਂਦੇ ਨੇ, ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ। ਇਹਨਾਂ ਦੇ ਵਿੱਚੋਂ ਬੰਦੇ ਦਾ ਜੋ ਹੀ ਚੰਗੇ ਨੇ, ਉਹਨਾਂ ਨੂੰ ਉਹਦੇ ਅੱਗੇ ਨਹੀਂ ਆਉਣ ਦਿੰਦੇ। ਕਮਲ ਵਿਜੇ ਪ੍ਰਤਾਪ ਪੜ੍ਹੇ ਲਿਖੇ ਸੂਝਵਾਨ ਤੇ ਜਾਂ ਹਰਜੋਤ ਵੈਂਸ ਹੈ, ਉਹਨਾਂ ਦੀਆਂ ਗੱਲਾਂ 'ਤੇ ਦਮ ਲੱਗ ਰਿਹਾ, ਬਾਕੀ ਤਾਂ ਸਾਰੇ ਪੁੱਠੇ ਹੀ ਨੇ। ਹਾਂਜੀ ਤੇ ਕੋਈ ਇਹਨਾਂ ਦੇ ਪਈ ਨਾ ਉਹ ਤੇ ਇਹਨਾਂ ਨੂੰ ਪਤਾ ਲੱਗੂ ਤੇ ਰਾਜਨੀਤੀਆਂ ਤਾਂ ਰਾਜੇ ਆਉਂਦੀਆਂ ਰਹਿੰਦੀਆਂ ਨੇ, ਵੋਟਾਂ ਅਤੇ ਆਦਮੀ ਨੂੰ ਫੇਰ ਆ ਜਾਣਗੀਆਂ, ਫੇਰ ਆ ਜਾਣਗੀਆਂ, ਆਈ ਜਾਈ ਜਾਣਗੀਆਂ ਨਾ ਵੋਟ, ਇਹ ਵੋਟਾਂ ਮੈਨੇ ਵੀ ਰੱਖੀਆਂ ਸਾਡੇ ਲਈ, ਸਾਡੇ ਲਈ ਤਾਂ ਸਾਡਾ ਜਵਾਬ ਹੀ ਸੀ ਜੋ ਕੁਛ ਹੈਗਾ ਸੀ। ਪਰ ਜੇ ਆਪਾਂ ਹਜੇ ਵੀ ਅੱਖਾਂ ਨਾ ਖੋਲੀਆਂ ਤਾਂ ਆਪਣੇ ਮਰਦੇ ਰਹਿਣਗੇ, ਇਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਰਨਾ, ਤੇ ਸਾਰੇ ਐਵੇਂ ਜਿਹੜੀ ਕੁਰਸੀਆਂ ਦਾ ਆਨੰਦ ਮਾਣਦੇ ਰਹਿਣਗੇ, ਤੇ ਆਪਣੇ ਵਰਗੇ ਭੋਲੇ ਭਾਲੇ ਲੋਕਾਂ ਦੇ ਜਵਾਬ ਜਿਹੜੇ ਕੋਈ ਧਰਤੀ ਤੋਂ ਉੱਠ ਕੇ ਜ਼ਮੀਨ ਤੋਂ ਉੱਠ ਕੇ ਆਪਦੀ ਮਿਹਨਤ ਨਾਲ ਅੱਗੇ ਆਉਂਦਾ, ਜਾਂ ਕੋਈ ਕਿਸੇ ਦੇ ਹੱਕ ਦੀ ਗੱਲ ਕਰਦਾ, ਜਾਂ ਸੱਚ ਬੋਲਣ ਦੀ ਗੱਲ ਕਰਦਾ, ਉਹਨੂੰ ਤਾਂ ਹਮੇਸ਼ਾ ਮੌਤ ਹੀ ਮਿਲਦੀ। ਹੁਣ ਆਹ ਨਤੀਜਿਆਂ ਨੂੰ ਦੇਖ ਕੇ ਤਾਂ ਮਨ ਇੰਨਾ ਉਦਾਸ ਹੋਇਆ ਕਿ ਹਜੇ ਵੀ ਕੋਈ ਅਸਰ ਨਹੀਂ ਜਾਵਾ ਕਿਸੇ ਵੀ, ਹੋਰ ਆਪਾਂ ਕਿੰਨੇ ਕਿੰਨੀਆਂ ਕਬਰੀਆਂ ਦੇਈ ਜਾਵਾਂਗੇ ਆਪਣੇ ਜਵਾਬਾਂ ਨੂੰ। ਬਾਕੀ ਜੋ ਕੁਛ ਇਹਨਾਂ ਦੇ 90-99 MLA ਬੋਲੀ ਜਾਂਦੇ ਨੇ, ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ। ਇਹਨਾਂ ਦੇ ਵਿੱਚੋਂ ਬੰਦੇ ਦਾ ਜੋ ਹੀ ਚੰਗੇ ਨੇ, ਉਹਨਾਂ ਨੂੰ ਉਹਦੇ ਅੱਗੇ ਨਹੀਂ ਆਉਣ ਦਿੰਦੇ। ਕਮਲ ਵਿਜੇ ਪ੍ਰਤਾਪ ਪੜ੍ਹੇ ਲਿਖੇ ਸੂਝਵਾਨ ਤੇ ਜਾਂ ਹਰਜੋਤ ਵੈਂਸ ਹੈ, ਉਹਨਾਂ ਦੀਆਂ ਗੱਲਾਂ 'ਤੇ ਦਮ ਲੱਗ ਰਿਹਾ, ਬਾਕੀ ਤਾਂ ਸਾਰੇ ਪੁੱਠੇ ਹੀ ਨੇ। ਹਾਂਜੀ ਤੇ ਕੋਈ ਇਹਨਾਂ ਦੇ ਪਈ ਨਾ ਉਹ ਤੇ ਇਹਨਾਂ ਨੂੰ ਪਤਾ ਲੱਗੂ ਕਿ ਰਾਜਨੀਤੀਆਂ ਤਾਂ ਰਾਜੇ ਆਉਂਦੀਆਂ ਰਹਿੰਦੀਆਂ ਨੇ, ਵੋਟਾਂ ਅਤੇ ਆਦਮੀ ਨੂੰ ਫੇਰ ਆ ਜਾਣਗੀਆਂ, ਫੇਰ ਆ ਜਾਣਗੀਆਂ, ਆਈ ਜਾਈ ਜਾਣਗੀਆਂ ਨਾ ਵੋਟ, ਇਹ ਵੋਟਾਂ ਮੈਨੇ ਵੀ ਰੱਖੀਆਂ ਸਾਡੇ ਲਈ, ਸਾਡੇ ਲਈ ਤਾਂ ਸਾਡਾ ਜਵਾਬ ਹੀ ਸੀ ਜੋ ਕੁਛ ਹੈਗਾ ਸੀ। ਪਰ ਜੇ ਆਪਾਂ ਹਜੇ ਵੀ ਅੱਖਾਂ ਨਾ ਖੋਲੀਆਂ ਤਾਂ ਆਪਣੇ ਮਰਦੇ ਰਹਿਣਗੇ, ਇਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਰਨਾ, ਤੇ ਸਾਰੇ ਐਵੇਂ ਜਿਹੜੀ ਕੁਰਸੀਆਂ ਦਾ ਆਨੰਦ ਮਾਣਦੇ ਰਹਿਣਗੇ, ਤੇ ਆਪਣੇ ਵਰਗੇ ਭੋਲੇ ਭਾਲੇ ਲੋਕਾਂ ਦੇ ਜਵਾਬ ਜਿਹੜੇ ਕੋਈ ਧਰਤੀ ਤੋਂ ਉੱਠ ਕੇ ਜ਼ਮੀਨ ਤੋਂ ਉੱਠ ਕੇ ਆਪਦੀ ਮਿਹਨਤ ਨਾਲ ਅੱਗੇ ਆਉਂਦਾ, ਜਾਂ ਕੋਈ ਕਿਸੇ ਦੇ ਹੱਕ ਦੀ ਗੱਲ ਕਰਦਾ, ਜਾਂ ਸੱਚ ਬੋਲਣ ਦੀ ਗੱਲ ਕਰਦਾ, ਉਹਨੂੰ ਤਾਂ ਹਮੇਸ਼ਾ ਮੌਤ ਹੀ ਮਿਲਦੀ। ਹੁਣ ਆਹ ਨਤੀਜਿਆਂ ਨੂੰ ਦੇਖ ਕੇ ਤਾਂ ਮਨ ਇੰਨਾ ਉਦਾਸ ਹੋਇਆ ਕਿ ਹਜੇ ਵੀ ਕੋਈ ਅਸਰ ਨਹੀਂ ਜਾਵਾ ਕਿਸੇ ਵੀ, ਹੋਰ ਆਪਾਂ ਕਿੰਨੇ ਕਿੰਨੀਆਂ ਕਬਰੀਆਂ ਦੇਈ ਜਾਵਾਂਗੇ ਆਪਣੇ ਜਵਾਬਾਂ ਨੂੰ। ਬਸ ਇੰਨਾ ਕਹਿੰਦੀ ਹੋਈ ਸੀ ਮਾਂ ਜੀ, ਅੱਜ ਤਾਂ ਕਿਸੇ ਕੋਈ ਗੱਲ ਤੋਂ ਸ਼ਬਦ ਬੋਲਿਆ ਗਿਆ ਹੋਵੇ ਤਾਂ ਮਾਂ